ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਪੰਜਾਬ ਵਾਸੀਆਂ, ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਅੱਗੇ ਬੇਨਤੀ ਕਰਦਾ ਕਿ ਪੰਜਾਬ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਹੱਕਾਂ ਲਈ, ਪੰਜਾਬ ਦੇ ਲੋਕਾਂ ਲਈ ਲੜ ਰਿਹਾ ਸੀ ਅਤੇ ਇਸ ਕਰਕੇ ਸਾਡਾ ਸਾਰਿਆਂ ਪੰਜਾਬ ਦਾ ਬੇਇਨਸਾਫੀਆਂ ਦੇ ਖਿਲਾਫ ਉਹ ਆਪਣੀ ਆਵਾਜ਼ ਚੱਕ ਰਿਹਾ ਸੀ। ਇਸ ਕਰਕੇ ਪੰਜਾਬ ਨੂੰ ਪਿਆਰ ਕਰਨ ਵਾਲੇ ਸਾਰੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਅੱਜ ਅੰਮ੍ਰਿਤਪਾਲ ਨਾਲ ਬੇਇਨਸਾਫੀ ਹੋ ਰਹੀ ਹੈ ਅਤੇ ਸਾਰਿਆਂ ਲੋਕਾਂ ਨੂੰ ਉਹਦਾ ਸਾਥ ਦੇਣਾ ਚਾਹੀਦਾ, ਉਹਦੇ ਨਾਲ ਖੜਨਾ ਚਾਹੀਦਾ। ਅਤੇ ਇਸ ਕਰਕੇ ਸਾਰੇ ਲੋਕਾਂ ਨੂੰ ਅੱਜ ਇੱਥੇ ਜਿੱਦਾਂ ਜਿੱਦਾਂ ਦਾ ਕੋਈ ਐਫਰਟ ਕਰ ਸਕਦਾ, ਕੋਈ ਉਦਾਂ ਦਾ ਉਹਨੂੰ ਆਪਣਾ ਕਰਨਾ ਚਾਹੀਦਾ, ਜਿੱਥੇ ਕਿੱਥੇ ਵੀ ਕੋਈ ਬੈਠਾ ਉਹ ਸਾਰਿਆਂ ਨੂੰ ਉਹਦੇ ਨਾਲ ਉਹਦਾ ਸਹਿਯੋਗ ਕਰਨਾ ਚਾਹੀਦਾ। ਸਾਡੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਵੀ ਅੱਜ ਤੱਕ ਕੱਲ੍ਹ ਤੱਕ ਸਾਡਾ ਕੋਈ ਸੰਪਰਕ ਨਹੀਂ ਹੋ ਰਿਹਾ, ਕਿੱਥੇ ਆ ਕਿੱਥੇ ਨਹੀਂ। ਅਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਜਲਦੀ ਜਲਦੀ ਸਾਨੂੰ ਮਿਲਾਇਆ ਜਾਵੇ, ਸਾਨੂੰ ਉਹਨਾਂ ਨੂੰ ਆਪਣੇ ਘਰ ਭੇਜਿਆ ਜਾਵੇ, ਉਹਨਾਂ ਦੇ ਜਥੇਬੰਦੀ ਨਾਲ ਜਾਂ ਕਿਸੇ ਹੋਰ ਨਾਲ ਕੋਈ ਲੈਣਾ ਦੇਣਾ ਨਹੀਂ ਗਾ। ਜੇ ਕੋਈ ਜਥੇਬੰਦੀ ਦਾ ਮਾਮਲਾ ਤਾਂ ਜਥੇਬੰਦੀ ਤਾਂ ਉਹਨਾਂ ਦੀ ਕੋਈ ਇਨਵੋਲਵਮੈਂਟ ਨਹੀਂ ਸੀਗੀ। ਅਤੇ ਇਸ ਕਰਕੇ ਸਾਡੇ ਰਿਸ਼ਤੇਦਾਰਾਂ ਨੂੰ, ਦੂਜਿਆਂ ਤੀਜਿਆਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਅਤੇ ਇਸ ਕਰਕੇ ਉਹਨਾਂ ਨੂੰ ਜਲਦੀ ਜਲਦੀ ਉਹਨਾਂ ਨੂੰ ਕੋਰਟ 'ਚ ਜਾਂ ਪੇਸ਼ ਕੀਤਾ ਜਾਵੇ ਅਤੇ ਸਾਡੀ ਵੀ ਥੋੜ੍ਹੀ ਚਿੰਤਾ ਖਤਮ ਹੋਵੇ। ਅਸੀਂ ਬਹੁਤ ਚਿੰਤਿਤ ਹਾਂ ਕਿ ਉਹਦੇ ਨਾਲ ਕੋਈ ਇਹੋ ਜਿਹਾ ਗਲਤ ਘਟਨਾ ਨਾ ਵਾਪਰ ਜਾਵੇ। ਅਤੇ ਪੰਜਾਬ ਦੇ ਲੋਕਾਂ ਨੂੰ, ਦੇਸ਼ ਦੁਨੀਆਂ ਦੇ ਲੋਕਾਂ ਨੂੰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਜਣੇ ਇਸ ਔਖੀ ਘੜੀ ਵਿੱਚ ਅੰਮ੍ਰਿਤਪਾਲ ਦਾ ਸਹਿਯੋਗ